ਸਿੰਘ ਜੀ ਸੋਹੀ ਗਿਆਨੀ ਕਾਬਲ ਸਿੰਘ ਜੀ ਸੋਹੀ ਆਪਣੀਆਂ ਬੁਲੰਦ ਆਵਾਜ਼ਾਂ ਵਿੱਚ ਸੰਗਤ ਦੇ ਸਾਹਮਣੇ ਪੇਸ਼ ਕਰ ਰਹੇ ਨੇ। ਮੇਰੇ ਕੋਲ ਸ਼ਬਦ ਨਹੀਂ ਕਿ ਕਿਵੇਂ ਮੈਂ ਉਹਨਾਂ ਦਾ ਧੰਨਵਾਦ ਕਰਾਂ। ਬੋਲੇ ਸੋ ਨਿਹਾਲ ਸੋ ਨਿਹਾਲ, ਬੋਲੇ ਸੋ ਨਿਹਾਲ, ਬਹੁਤ ਬਹੁਤ ਧੰਨਵਾਦ ਗਿਆਨੀ ਕੇਵਲ ਸਿੰਘ ਜੀ ਮਹਿਤਾ ਅਤੇ ਸੋਈ ਭਰਾਵਾਂ ਦੀ ਜੋੜੀ ਜੋ ਸਾਡੀ ਬੇਨਤੀ ਨੂੰ ਪ੍ਰਵਾਨ ਕਰਕੇ ਸਾਡੇ ਨਗਰ ਵਿੱਚ ਪਹੁੰਚੇ। ਸਾਰੇ ਨਗਰ ਨਿਵਾਸੀ ਸੰਗਤਾਂ ਵੱਲੋਂ ਇਹਨਾਂ ਵੀਰਾਂ ਦਾ, ਗਿਆਨੀ ਕੇਵਲ ਸਿੰਘ ਜੀ ਮਹਿਤਾ ਦਾ ਬਹੁਤ ਬਹੁਤ ਧੰਨਵਾਦ। ਹੁਣ ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਉਪਰੰਤ ਅਰਦਾਸ ਬੇਨਤੀ, ਗੁਰੂ ਸਾਹਿਬ ਆਪਣੇ ਨਿੱਜ ਸਥਾਨਾਂ ਤੇ ਜਾਣਗੇ ਤੇ ਫਿਰ ਹੀ ਸਾਰੀ ਸੰਗਤ ਨੇ ਜਾਣ ਦੀ ਕਿਰਪਾਲਤਾ ਕਰਨੀ। ਦੂਸਰੀ ਬੇਨਤੀ ਇਹ ਹੈ, ਸਰੋਪਿਆਂ ਦੀ ਸੇਵਾ ਸਾਡੇ ਸਤਿਕਾਰਯੋਗ ਭਾਈ ਹਰਬੰਸ ਸਿੰਘ ਜੀ ਪਹਿਲਵਾਨ ਸਾਹਿਬ ਉਹਨਾਂ ਵੱਲੋਂ ਹੋਈ ਹੈ। ਜਨਰੇਟਰ ਦੀ ਸੇਵਾ ਸਾਡੇ ਸਤਿਕਾਰਯੋਗ ਭਾਜੀ ਜਸਵੰਤ ਸਿੰਘ ਜੀ ਕੂਟਾਂ ਵਾਲੇ ਉਹਨਾਂ ਵੱਲੋਂ ਹੋਈ ਹੈ। ਜਿਹੜੇ ਵੀਰ ਲੰਗਰ ਦੀ ਸੇਵਾ ਕਰ ਰਹੇ ਨੇ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ। ਉਹਨਾਂ ਦਾ ਵੀ ਮਾਣ ਸਨਮਾਨ ਪ੍ਰਬੰਧਕਾਂ ਵੱਲੋਂ ਕੀਤਾ ਜਾਣਾ ਹੈ। ਭਾਈ ਜਤਿੰਦਰ ਸਿੰਘ ਜੀ ਅਤੇ ਉਹਨਾਂ ਦੇ ਨਾਲ ਦੇ ਵੀਰ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਉਹਨਾਂ ਦਾ ਮਾਣ ਸਨਮਾਨ ਸਟੇਜ ਵੱਲੋਂ ਕੀਤਾ ਜਾਵੇਗਾ। ਸਾਰੇ ਨਗਰ ਨਿਵਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਮਾਣ ਦੇ ਕੇ ਸਾਰੀਆਂ ਸੰਗਤਾਂ ਨੇ ਸਾਰਿਆਂ ਜਥਿਆਂ ਨੂੰ ਨਵਾਜਿਆ ਹੈ। ਤੇ ਐਰਕਾਂ ਸੰਗਤ ਦੀ ਗਿਣਤੀ ਵੀ ਪਿਛਲੇ ਸਾਲ ਨਾਲੋਂ ਬਹੁਤ ਜ਼ਿਆਦਾ ਵੱਧ ਗਈ ਸੀ, ਇਸ ਕਰਕੇ ਵੀ ਪ੍ਰਬੰਧਕਾਂ ਦਾ ਮਨ ਕਾਫੀ ਖੁਸ਼ ਹੋਇਆ ਹੈ। ਬਹੁਤ ਬਹੁਤ ਧੰਨਵਾਦ ਹੈ। ਕੁਝ ਮਾਇਆ ਹੋਰ ਭਾਈ ਆਕਾਸ਼ਦੀਪ ਸਿੰਘ ਜੀ ਸੈਣੀ 100 ਰੁਪਏ, ਭਾਈ ਦੀਪਕ ਸਿੰਘ ਜੀ 100 ਰੁਪਏ, ਭਾਈ ਜਗਦੇਵ ਸਿੰਘ ਜੀ 100 ਰੁਪਏ, ਭਾਈ ਅਜੀਤ ਸਿੰਘ ਜੀ 100 ਰੁਪਏ, ਭਾਈ ਬਲਕਾਰ ਸਿੰਘ ਮਿਸਤਰੀ 100 ਰੁਪਏ, ਭਾਈ ਮੱਸਾ ਸਿੰਘ ਜੀ 100 ਰੁਪਏ, ਭਾਈ ਮਨਪ੍ਰੀਤ ਸਿੰਘ ਜੀ 100 ਰੁਪਏ। ਇਹਨਾਂ ਗੁਰਮੁਖ ਪਿਆਰਿਆਂ ਵੱਲੋਂ ਮਾਇਆ ਪਹੁੰਚੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਚੜ੍ਹਦੀ ਕਲਾ ਤੰਦਰੁਸਤੀ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ ਕੇ ਨਿਹਾਲ ਕਰਨ। ਮੈਂ ਬੇਨਤੀ ਕਰਾਂਗਾ ਕਿ ਹਰ ਜਸ ਲਾਏ ਵਾਲੇ ਵੀਰ ਵੀ ਆਉਣ ਸਟੇਜ ਤੇ, ਆਪਣਾ ਮਾਣ ਸਨਮਾਨ ਪ੍ਰਬੰਧਕਾਂ ਕੋਲ ਪ੍ਰਾਪਤ ਕਰਨ। ਸਾਊਂਡ ਵਾਲੇ ਵੀਰ ਨੂੰ ਵੀ ਬੇਨਤੀ ਹੈ, ਸਟੇਜ ਤੇ ਪਹੁੰਚੋ ਵੀਰ ਜੀ। ਵੀਰ ਜਤਿੰਦਰ ਸਿੰਘ ਜੀ ਜਲਦੀ ਤੋਂ ਜਲਦੀ ਸਟੇਜ ਤੇ ਪਹੁੰਚੋ ਜੀ। ਵੀਰ ਜਤਿੰਦਰ ਸਿੰਘ ਜੀ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ, ਬੇਨਤੀ ਆ ਲੰਗਰ ਵਾਲੇ ਵੀਰ ਜਿਨ੍ਹਾਂ ਨੇ ਸਵੇਰ ਤੋਂ ਲੈ ਕੇ ਹੁਣ ਤੱਕ ਬੜੀ ਤਨਦੇਹੀ ਦੇ ਨਾਲ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਹੈ, ਉਹ ਵੀ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰਨ। ਭਾਈ ਜਸਵੰਤ ਸਿੰਘ ਜੀ, ਜੇ ਉਹ ਵੀ ਕਿਤੇ ਪੰਡਾਲ 'ਚ ਬੈਠੇ ਹੋਣ ਤੇ ਕਿਰਪਾ ਕਰਕੇ ਸਟੇਜ ਤੇ ਪਹੁੰਚਣ। ਸਵੇਰ ਤੋਂ ਹੀ ਉਹਨਾਂ ਨੇ ਆਪਣਾ ਟਰੈਕਟਰ ਅਤੇ ਜਨਰੇਟਰ ਗੁਰੂ ਕੀ ਸੇਵਾ ਵਿੱਚ ਲਾਇਆ ਹੋਇਆ ਹੈ, ਉਹ ਵੀ ਬੇਨਤੀ ਨੂੰ ਪ੍ਰਵਾਨ ਕਰੋ ਜੀ। ਹਰ ਜਸ ਲਾਏ ਵਾਲੇ ਵੀਰ ਪਹੁੰਚੇ ਨੇ। ਸੋ ਨਿਹਾਲ, ਬੋਲੇ ਸੋ ਨਿਹਾਲ, ਜੋੜਿਆਂ ਦੀ ਸੇਵਾ ਕਰਨ ਵਾਲੇ ਸਾਡੇ ਵੀਰ ਵੀਰ ਰਾਜਾ ਜੀ, ਉਹ ਵੀ ਆਪਣੇ ਸਾਥੀਆਂ ਨਾਲ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਵੀਰ ਜੀ। ਉਹਨਾਂ ਦਾ ਵੀ ਮਾਣ ਸਨਮਾਨ ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ। ਜੋੜਿਆਂ ਦੀ ਸੇਵਾ ਕਰਨ ਵਾਲੇ ਸਿੰਘ ਸਟੇਜ ਤੇ ਪਹੁੰਚਣ ਜੀ। ਦੂਸਰੀ ਬੇਨਤੀ ਸਾਰੇ ਨਗਰ ਦੇ ਚਰਨਾਂ ਵਿੱਚ ਹੈ ਕਿ ਪ੍ਰਬੰਧਕਾਂ ਵੱਲੋਂ ਗਤਕਾ ਕੋਚ ਦਾ ਅਰੇਂਜਮੈਂਟ ਕੀਤਾ ਗਿਆ ਹੈ। ਜਿਨ੍ਹਾਂ ਵੀ ਬੱਚਿਆਂ ਨੇ ਗਤਕੇ ਦੀ ਸਿਖਲਾਈ ਲੈਣੀ ਹੋਵੇ, ਸਤਿ ਸ੍ਰੀ ਅਕਾਲ, ਬੋਲੇ ਸੋ ਨਿਹਾਲ, ਬੋਲੇ ਸੋ ਨਿਹਾਲ,
ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਜੋੜਿਆਂ ਵਾਲੇ ਵੀਰਾਂ ਦੇ ਚਰਨਾਂ 'ਚ ਬੇਨਤੀ ਆ ਕਿਰਪਾ ਕਰਕੇ ਸਟੇਜ ਤੇ ਪਹੁੰਚੋ ਵੀਰ ਜੀ ਜੋੜਿਆਂ ਵਾਲੇ ਸਿੰਘ ਜਿਹੜੇ ਸੇਵਾ ਕਰ ਰਹੇ ਨੇ ਇੱਕ ਦੋ ਸਿੰਘ ਕਿਰਪਾ ਕਰਕੇ ਆਪਣਾ ਮਾਨ ਸਨਮਾਨ ਲੈ ਜਾਓ ਜੀ ਫਿਰ ਅਰਦਾਸ ਬੇਨਤੀ ਹੋਵੇਗੀ ਉਪਰੰਤ ਗੁਰੂ ਸਾਹਿਬ ਜੀ ਆਪਣੇ ਨਿੱਜ ਸਥਾਨਾਂ ਤੇ ਜਾਣਗੇ ਕਿਰਪਾ ਕਰਕੇ ਜਿੰਨਾ ਚਿਰ ਸੰਗਤ ਬਹਿ ਸਕਦੀ ਹੈ ਕਿਰਪਾ ਕਰਕੇ ਜਦੋਂ ਤੱਕ ਗੁਰੂ ਸਾਹਿਬ ਨਹੀਂ ਜਾਂਦੇ ਬੈਠਣ ਦੀ ਕਿਰਪਾਲਤਾ ਕਰੋ ਜੀ ਸਤਿ ਸ੍ਰੀ ਅਕਾਲ ਨਗਰ ਨਿਵਾਸੀ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਸਤਾਰ ਮੁਕਾਬਲੇ ਵੀ ਪ੍ਰਬੰਧਕਾਂ ਵੱਲੋਂ ਅਰੇਂਜਮੈਂਟ ਕੀਤੇ ਜਾ ਰਹੇ ਹਨ ਸੋ ਜਿਨ੍ਹਾਂ ਨੇ ਦਸਤਾਰ ਮੁਕਾਬਲਿਆਂ ਵਿੱਚ ਵੀ ਹਿੱਸੇ ਲੈਣੇ ਹੋਣ ਉਹ ਵੀ ਕਿਰਪਾ ਕਰਕੇ ਆਪੋ ਆਪਣੇ ਨਾਮ ਪ੍ਰਬੰਧਕਾਂ ਕੋਲ ਲਿਖਾ ਦੇਣ ਦੂਸਰੀ ਬੇਨਤੀ ਇਹ ਹੈ ਕਿ ਜਿਨ੍ਹਾਂ ਨੇ ਗੱਤਕੇ ਦੀ ਸਿਖਲਾਈ ਲੈਣੀ ਹੋਵੇ ਉਹ ਵੀ ਆਪਣੇ ਨਾਮ ਦਰਜ ਕਰਵਾ ਦੇਣ ਸੋ ਸਾਰੇ ਨਗਰ ਨਿਵਾਸੀ ਸੰਗਤਾਂ ਦਾ ਇਲਾਕਾ ਨਾਸੀ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿਵੇਂ ਆਪ ਜੀ ਨੇ ਮਾਇਆ ਭੇਜ ਕੇ ਉਗਰਾਹੀਆਂ ਦੇ ਕੇ ਬਹੁਤ ਵੱਡਾ ਸਾਥ ਦਿੱਤਾ ਪ੍ਰਬੰਧਕਾਂ ਦਾ ਉਸੇ ਤਰ੍ਹਾਂ ਹੀ ਅੱਜ ਸੰਗਤੀ ਰੂਪ ਵਿੱਚ ਪਰਿਵਾਰਾਂ ਸਮੇਤ ਬੱਚਿਆਂ ਸਮੇਤ ਪਹੁੰਚ ਕੇ ਆਪ ਸੰਗਤ ਨੇ ਬਹੁਤ ਵੱਡਾ ਮਾਣ ਵਧਾਇਆ ਹੈ ਸੋ ਬਹੁਤ ਬਹੁਤ ਧੰਨਵਾਦ ਬਹੁਤ ਭੁੱਲਾਂ ਕਰਕੇ ਹੋਵਾਂਗੇ ਭੁੱਲਾਂ ਚੁੱਕਾਂ ਦੀ ਖਿਮਾ ਅੱਗੇ ਵਾਸਤੇ ਆਸ਼ੀਰਵਾਦ ਬਖਸ਼ਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ ਆਗੇ ਯਾਰ